ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਤਲਵਾੜਾ ਜਾਖਲ ਮੰਡੀ ਦੇ ਨਜ਼ਦੀਕ ਅਤੇ ਜ਼ਿਲ੍ਹਾ ਫਤਿਹਾਬਾਦ ਪੈਂਦਾ ਇਸ ਪਿੰਡ ਨੂੰ। ਸੋ ਇੱਥੋਂ ਦੇ ਇੱਕ ਮਸ਼ਹੂਰ ਨਾਮੀ ਜਿਹੜੇ ਵੈਦ ਨੇ ਵੈਦ ਹਰਤੇਜ ਸਿੰਘ ਜੀ, ਉਹਨਾਂ ਦੇ ਕੋਲ ਪਹੁੰਚੇ ਹੋਏ ਹਾਂ। ਆਪਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਉਹਨਾਂ ਕੋਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਅਤੇ ਕਿਹੜੇ ਕਿਹੜੇ ਤਰੀਕੇ ਨਾਲ ਕੀਤਾ ਜਾਂਦਾ। ਸਭ ਤੋਂ ਪਹਿਲਾਂ ਤਾਂ ਵੈਦ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਵੈਦ ਸਾਹਿਬ ਸਾਨੂੰ ਪਹਿਲਾਂ ਤਾਂ ਇਹ ਦੱਸੋ ਜੇ ਉਹ ਕਿਹੜੀ ਬਿਮਾਰੀ ਆ ਜਿਹੜੀ ਦਾ ਖਾਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਣੇ ਸਪੈਸ਼ਲਿਸਟ ਇਲਾਜ ਕੀਤਾ ਜਾਂਦਾ। ਆਪਣੇ ਲਈ ਚਾਰ ਬਿਮਾਰੀਆਂ ਦਾ ਇਲਾਜ ਹੁੰਦਾ ਜੀ। ਹਾਂਜੀ, ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ? ਇੱਕ ਤਾਂ ਹੈਗੀ ਹੈ ਜੀ ਗੁਪਤ ਰੋਗ, ਬੰਦੇ ਨੂੰ ਹੋਵੇ, ਲੇਡੀਜ਼ ਨੂੰ ਹੋਵੇ, ਅਤੇ ਇੱਕ ਆਪਣੇ ਲਈ ਸ਼ੂਗਰ ਦਾ ਇਲਾਜ ਹੈ ਜੀ, ਅਤੇ ਇੱਕ ਆਪਣੇ ਲਈ ਖੁਰਕ ਦਾ ਇਲਾਜ ਹੈ ਜੀ, ਅਤੇ ਇੱਕ ਜੋੜਾਂ ਦਾ ਦਰਦ ਹੈ, ਚਾਹੇ ਗਠੀਏ ਵੱਲੋਂ ਹੋਇਆ ਹੋਵੇ ਦਰਦ ਹੁੰਦਾ ਹੋਵੇ, ਚਾਹੇ ਥਾਈਰੋਇਡ ਵੱਲੋਂ ਹੁੰਦਾ ਹੋਵੇ, ਜਾਂ ਯੂਰਿਕ ਐਸਿਡ ਵੱਲੋਂ ਹੁੰਦਾ ਹੋਵੇ। ਹਰੇਕ ਦਾ ਗਰੰਟੀ ਨਾਲ ਇਲਾਜ ਹੈ। ਗਰੰਟੀ ਚਾਹੇ ਆਪਣੇ ਲਵੇ ਉਰੇ ਆ ਕੇ ਲਿਖਵਾ ਕੇ ਗਰੰਟੀ ਲੈ ਜਾਣ, ਵੈਸੇ ਆਪਾਂ ਦਵਾਈ ਦੇ ਵਿੱਚ ਗਰੰਟੀ ਕਾਰਡ ਪਾਉਂਦੇ ਹਾਂ ਜੀ। ਪੈਸਾ ਜਿਹੜਾ ਇਹ ਇਲਾਜ ਆ ਤੁਸੀਂ ਬਿਮਾਰੀਆਂ ਦੱਸੀਆਂ, ਇਹਨਾਂ ਦਾ ਇਲਾਜ ਆ ਜਿਹੜਾ ਤੁਸੀਂ ਦੇਸੀ ਦਵਾਈਆਂ ਜੜੀ ਬੂਟੀਆਂ ਰਾਹੀਂ ਕਰਦੇ ਹੋ ਜਾਂ ਆਪਣਾ ਮੈਡੀਕਲ ਸਟੋਰਾਂ ਤੋਂ ਦਵਾਈ ਲੈ ਕੇ ਉਹਨਾਂ ਤੋਂ ਤਿਆਰ ਕਰਦੇ ਹੋ? ਇਹ ਆਪਾਂ ਜੀ ਪੰਸਾਰੀ ਤੋਂ ਦਵਾਈਆਂ ਚੱਕਦੇ ਹਾਂ ਜੀ, ਦੇਸੀ ਜੜੀ ਬੂਟੀਆਂ। ਹਾਂਜੀ, ਕਿਸੇ ਨੇ ਜੇ ਟੈਸਟ ਕਰਵਾਉਣਾ ਮੇਰੇ ਵੱਲੋਂ ਪੈਸੇ ਲੈ ਜਾਣ, ਅੱਧੇ ਪੈਸੇ ਮੇਰੇ ਵੱਲੋਂ ਲੈ ਜਾਣ ਅਤੇ ਬਾਕੀ ਦੇ ਆਪਦੇ ਪਾ ਕੇ ਟੈਸਟ ਕਰਵਾ ਲੈਣ। ਜੇ ਦਵਾਈ 'ਚ 2% ਵੀ ਮੈਡੀਕਲ ਕੋਈ ਨਸ਼ਾ ਆ ਗਿਆ ਜਾਂ ਮੈਡੀਕਲ ਕੋਈ ਸਰਦੁਖਦੇ ਦੀ ਵੀ ਗੋਲੀ ਪੈ ਗਈ ਵਿੱਚ, ਤਾਂ ਮੇਰੇ 'ਤੇ ਅਗਲਾ ਚਾਹੇ ਕੁਛ ਮਰਜ਼ੀ ਕਾਨੂੰਨੀ ਕਾਰਵਾਈ ਕਰਵਾ ਸਕਦਾ, ਚਾਹੇ ਮੇਰੇ ਤੋਂ ਜੋ ਜਿਵੇਂ ਕਹੂਗਾ ਅਗਲਾ ਆਪਾਂ ਉਵੇਂ ਕਰਨ ਨੂੰ ਤਿਆਰ। ਹਾਂਜੀ, ਵੈਦ ਸਾਹਿਬ ਕਿੰਨਾ ਸਮਾਂ ਹੋ ਗਿਆ ਜਿਹੜਾ ਤੁਹਾਨੂੰ ਇਹ ਦਵਾਈਆਂ ਦਾ ਕੰਮ ਕਰਦੇ ਆ? ਇਹ ਆਪਾਂ ਨੂੰ ਪੀੜ੍ਹੀ ਦਰ ਪੀੜ੍ਹੀ ਆ ਰਿਹਾ ਜੀ, ਆਪਣੇ 7ਵੀਂ ਪੀੜ੍ਹੀ 'ਚ ਮੈਂ ਆ ਰਿਹਾ ਜੀ। ਠੀਕ ਹੈ ਜੀ। ਦੇਖੋ ਦੋਸਤੋ, ਜਿਹੜਾ ਇਹ ਵੈਦਗੀ ਦਾ ਕੰਮ ਹੈਗਾ, ਇਹ ਵੈਦ ਸਾਹਿਬ ਪੀੜ੍ਹੀ ਦਰ ਪੀੜ੍ਹੀ ਦੱਸ ਰਹੇ ਨੇ ਵੀ 7ਵੀਂ ਪੀੜ੍ਹੀ ਦੇ ਵਿੱਚ ਆ ਕੇ ਇਹ ਵੈਦਗੀ ਦਾ ਕੰਮ ਆਪ ਖੁਦ ਕਰ ਰਹੇ ਨੇਗੇ। ਉਹ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਪਿਛੋਕੜ ਦੇ ਵਿੱਚ ਬਜ਼ੁਰਗ ਸੀ ਉਹ ਵੀ ਇਹ ਵੈਦਗੀ ਦਾ ਕੰਮ ਕਰਦੇ ਸੀਗੇ। ਤੁਸੀਂ ਦੱਸ ਸਕਦੇ ਹੋ ਵੀ ਕਿਹੜੇ ਕਿਹੜੇ ਮਰੀਜ਼ ਆਏ ਸੀਗੇ ਤੁਹਾਡੇ ਕੋਲ, ਵੀ ਕਿਹੜੀ ਕਿਹੜੀ ਉਹਨਾਂ ਨੂੰ ਦਵਾਈ ਤੁਸੀਂ ਦਿੱਤੀ ਅਤੇ ਕਿਹੜਾ ਉਹਨਾਂ ਨੂੰ ਰੋਗ ਸੀਗਾ ਅਤੇ ਵੀ ਉਹ ਕਿਸ ਤਰ੍ਹਾਂ ਅਤੇ ਕਿੰਨੇ ਸਮੇਂ ਦੇ ਵਿੱਚ ਠੀਕ ਹੋਏ ਨੇ? ਆਪਣੇ ਲਵੇ ਮਰੀਜ਼ ਤਾਂ ਬਹੁਤ ਆ ਗਏ ਜੀ। ਹਾਂਜੀ, ਠੀਕ ਹੈ ਜੀ। ਹਰੇਕ ਨੂੰ ਦਵਾਈ ਦਿੱਤੀ ਹੈ ਜੀ। ਹਾਂਜੀ, ਅਤੇ ਠੀਕ ਕੋਈ 2 ਮਹੀਨਿਆਂ ਦੇ ਵਿੱਚ ਹੁੰਦਾ, ਕੋਈ 3 ਮਹੀਨਿਆਂ ਦੇ ਵਿੱਚ। ਜਿਹੜੀ ਦੇਸੀ ਦਵਾਈ ਹੈ ਜੀ ਉਹ ਸਮਾਂ ਲੈਂਦੀ ਹੈ, ਇਹ ਤਾਂ ਗੱਲ ਸਮਾਂ ਲੈਂਦੀ ਆ, 2 ਮਹੀਨੇ ਤੋਂ 3 ਮਹੀਨੇ ਤੱਕ ਦਾ ਸਮਾਂ ਲੈਂਦੀ ਆ। ਬੰਦਾ ਹੋ ਜਾਂਦਾ ਠੀਕ ਹੈ ਜੀ, ਆਪਣਾ ਮੈਡੀਕਲ ਵਾਲਾ ਵਾਂਗੂ ਨਹੀਂ ਹੈਗਾ ਵੀ ਦਵਾਈ ਖਾਈ ਅਤੇ ਰਿਜ਼ਲਟ ਤੁਰਤ ਪੈਰ ਦਿਖਾ ਦਿਆ, 6 ਮਹੀਨੇ ਵਾਂਗੂ ਲਾ ਲਓ, 2 ਮਹੀਨੇ ਵਾਂਗੂ ਲਾ ਲਓ, ਫਿਰ ਉਵੇਂ ਦਾ ਹੋਊਗਾ। ਜਿਹੜੀ ਦੇਸੀ ਦਵਾਈ ਆ ਉਹ ਕੇਰਾ ਖਾ ਲਈ ਆ ਲੈ 3 ਮਹੀਨੇ ਪੂਰੇ ਪਰਹੇਜ਼ ਦੇ ਨਾਲ। ਇਹ ਨਹੀਂ ਮੈਂ ਕਹਿੰਦਾ ਵੀ ਮੇਰੀ ਦਵਾਈ ਪੂਰਾ ਅਸਰ ਦਿਖਾਊਗੀ, ਅਸਰ ਉਹਦੇ ਪਰਹੇਜ਼ ਵੀ ਦਿਖਾਉਣਗੇ ਵਿੱਚ। ਇਹਦਾ ਗੱਲ ਪਹਿਲਾਂ ਜੇ ਉਹਨੇ ਆਪਦਾ ਪਰਹੇਜ਼ ਰੱਖਿਆ ਜੀ ਤਾਂ ਆਪਣੀ ਦਵਾਈ ਕੰਮ ਕਰੂਗੀ, ਨਹੀਂ ਜੇ ਅਗਲੇ ਨੇ ਪਰਹੇਜ਼ ਨਹੀਂ ਰੱਖਿਆ ਆਪਣੀ ਦਵਾਈ ਵੀ ਨਹੀਂ ਕੰਮ ਕਰਦੀ। ਮੇਰੀ ਨਹੀਂ, ਕਦੇ ਹੋਰ ਵੀ ਵੈਦ ਬੈਠੇ ਨੇ ਉਹਨਾਂ ਦੀ ਵੀ ਦਵਾਈ ਨਹੀਂ ਕੰਮ ਕਰਦੀ। ਹਾਂਜੀ ਦੋਸਤੋ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਵੇਂ ਕਿ ਦੇਖੋ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ, ਉੱਥੇ ਦਵਾਈ ਵੀ ਕੀ ਅਸਰ ਕਰੂਗੀ। ਜੇਕਰ ਆਪਣਾ ਜਿਹੜਾ ਪਰਹੇਜ਼ ਆ, ਆਪਾਂ ਨੂੰ ਕਿਸੇ ਚੀਜ਼ ਦੇ ਪੇਸ਼ੈਂਟ ਹੈਗੇ ਮਰੀਜ਼ ਹੈਗੇ ਹਾਂ ਤਾਂ ਆਪਾਂ ਉਹਦਾ ਜਿਹੜਾ ਪਰਹੇਜ਼ ਨਹੀਂ ਰੱਖ ਰਹੇ, ਉੱਥੇ ਤਾਂ ਇਸ ਵੈਦ ਤੋਂ ਇਲਾਵਾ ਹੋਰ ਵੀ ਕਿੰਨੇ ਸਪੈਸ਼ਲਿਸਟ ਡਾਕਟਰ ਬੈਠੇ ਨੇ, ਉਹਨਾਂ ਦੀ ਦਵਾਈ ਵੀ ਕੋਈ ਅਸਰ ਨਹੀਂ ਕਰ ਸਕਦੀ। ਅਤੇ ਵੈਦ ਸਾਹਿਬ ਆਪਣੇ ਇੱਥੇ ਇੰਡੀਆ ਤੋਂ ਇਲਾਵਾ ਕੋਈ ਹੋਰ ਵੀ ਬਾਹਰ ਦੇਸਾਂ ਵਿੱਚ ਦਵਾਈ ਜਾਂਦੀ ਆਪਣੀ? ਬਾਹਰ ਆਪਣੇ ਸਾਰੇ ਦੇਸ਼ਾਂ 'ਚ ਜਾਂਦੀ ਹੈ ਜੀ। ਪੰਜੀਰੀ ਹੁਣ ਗਰਮੀ ਆ ਗਈ ਜੀ, ਸੈਕਸ ਰੋਗੀ ਨੇ ਜਿੰਨੇ ਵੀ ਨੇ, ਚਾਹੇ ਔਰਤਾਂ ਨੇ ਚਾਹੇ ਜੈਂਟਸ ਨੇ, ਉਹਨਾਂ ਨੂੰ ਹੁਣ ਪੰਜੀਰੀ ਗਰਮੀਆਂ ਦੇ ਵਿੱਚ ਹੁਣ ਪੰਜੀਰੀ ਚੱਲਦੀ ਹੈ ਜੀ, ਠੰਡੀ ਤਸੀਰ ਦੀ। ਓਕੇ, ਜਿਨ੍ਹਾਂ ਨੂੰ ਧਾਤ ਪੈਂਦੀ ਆ, ਟਾਈਮਿੰਗ ਘੱਟ ਲੱਗਦੀ ਹੈ, ਅਤੇ ਉਹਨਾਂ ਨੂੰ ਆਪਣੀ ਪੰਜੀਰੀ ਹੁਣ ਗਰਮੀਆਂ ਦੇ ਵਿੱਚ ਪੰਜੀਰੀ ਕੰਮ ਕਰਦੀ ਆ, ਅਤੇ ਸਾਲ ਦੇ ਵਿੱਚ ਆਪਾਂ ਉਹਨਾਂ ਨੂੰ ਦਵਾਈ ਦਿੰਦੇ ਹਾਂ ਦੇਸੀ ਜੜੀ ਬੂਟੀਆਂ ਦੀ, ਕਿਉਂ ਉਹ ਥੋੜ੍ਹੀ ਗਰਮ ਤਸੀਰ ਦੀਆਂ ਹੁੰਦੀਆਂ ਨੇ ਜੀ। ਹੁਣ ਗਰਮੀ ਦੇ ਵਿੱਚ ਦੇਵਾਂਗੇ ਉਹਨਾਂ ਨੂੰ ਤਾਂ ਮੂੰਹ 'ਚ ਛਾਲੇ ਠਾ ਦਿੰਦੇ ਨੇ, ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ। ਸੋ ਦੇਖਿਆ ਜਾਂਦਾ ਵੈਦ ਸਾਹਿਬ, ਅੱਜ ਕੱਲ੍ਹ ਵੀ ਕਈ ਪਹਿਲਾਂ ਵੀ ਲੋਕ ਕਹਿੰਦੇ ਹੁੰਦੇ ਨੇ ਵੀ ਆਪਾਂ ਸੁਣਦੇ ਹੈਗੇ ਜਿਹੜੀ ਇਹ ਦੇਸੀ ਦਵਾਈ ਆ ਥੋੜ੍ਹੀ ਗਰਮੀ ਦੇ ਵਿੱਚ ਗਰਮੈਸ਼ ਕਰਨ ਲੱਗ ਜਾਂਦੀ ਆ, ਕਿ ਇਹ ਬਾਕੀ ਗਰਮੈਸ਼ ਕਰਦੀ ਆ ਜਾਂ ਤੁਸੀਂ ਇਸਨੂੰ ਅਲੱਗ ਤਰੀਕੇ ਦੇ ਨਾਲ ਤਿਆਰ ਕਰਕੇ ਦਵਾਈ ਦਿੰਦੇ ਹੋ? ਇਹ ਗਰਮੈਸ਼ ਇਸ ਤਰ੍ਹਾਂ ਕਰਦੀ ਹੈ ਜੀ, ਜਿਵੇਂ ਮਰੀਜ਼ ਦੀ ਹੁਣ ਕਈ ਵਾਰ ਵੈਦ ਨੂੰ ਨਹੀਂ ਪਤਾ ਲੱਗਦਾ ਜਾਂ ਮਰੀਜ਼ ਨੂੰ ਨਹੀਂ ਪਤਾ ਲੱਗਦਾ ਵੀ ਉਹਦੀ ਤਸੀਰ ਗਰਮ ਹੈ ਜਾਂ ਠੰਡੀ ਹੈ। ਹਾਂਜੀ, ਜੇ ਤਾਂ ਹੁਣ ਠੰਡੀ ਤਸੀਰ ਹੈ ਤਾਂ ਉਸ ਬੰਦੇ ਨੂੰ ਗਰਮ ਤਸੀਰ ਦੀ ਦਵਾਈ ਕੰਮ ਕਰੂਗੀ ਜੀ, ਜੇ ਕਿਸੇ ਨੂੰ ਗਰਮ ਤਸੀਰ ਹੈ ਉਹਨੂੰ ਠੰਡੀ ਤਸੀਰ ਦੀ ਕੰਮ ਕਰਦੀ ਹੈ। ਹਾਂਜੀ ਵੈਦ ਸਾਹਿਬ, ਜਿਵੇਂ ਤੁਸੀਂ ਸਾਨੂੰ ਦੱਸਿਆ ਗਾ ਵੀ ਆਪਣੇ ਜਿਸ ਤਰ੍ਹਾਂ ਲੋਕਲ ਏਰੀਏ ਦੇ ਆਮ ਮਰੀਜ਼ ਨੇ ਤੁਹਾਡੇ ਕੋਲ ਦਵਾਈ ਲੈਣ ਆਉਂਦੇ ਨੇ,
जिस तरह मान के चलो अपना बार बारे देश तो ताड़े को फोन आते हैं उन्होंने को किस किड़े तरीके दवाई पहुँचा तो किस तरह का प्रबंध है तो किस तरह उन्होंने दवाई जी पहुँचाई जी उन्होंने जी असं जब डी एच एल करते हैं जी पोस्ट के थ्रू भेजते हैं जी कोरियर के थ्रू भेज दें जी जे हम बहर बैठे ने बी जिन्होंने नहीं विश्वास आता भी सानू दवाई कम करूगी नहीं करूगी उन्होंने वास्ते खास अपने एक आम अलग बैदा तो अलग अपने ली छेड़ी है भी जे किसी नहीं विश्वास बैठता तो वह अद्धी पेमेंट मैं पहला कर देना अद्धी पेमेंट पहला करके दवाई तैयार करवा लैन उन्होंने वे बग जूगी दवाई वह खा लैन जदों ठीक हो गए अद्धी पेमेंट उदों दे देना। हाँ जी दोस्तों तुसी देख रहे हो जिवें अजकल दवाइया मंगाईयां जांदियां ने ठीक है ना तो उन्हां तो पहला आपां नूं जिहड़ी पेमेंट आ पहला देनी पैंदी आ इत्थे वैद साहब ने एक ऑफर किया होयागा भी जिस तरह तुहानूं किसी भी तरह की प्रॉब्लम हैगी आ तुहानूं कोई बीमारी हैगी आ अगर तुसी विश्वास नहीं कर रहे गे जां तुसी पेमेंट पूरी नहीं देना चाहते तो हाफ पेमेंट से जिहड़ी तुहाडे कोल दवाई हैगी ये हाफ पेमेंट से पहुँच जूगी उस तो बाद जो बिल्कुल प्रॉपरली तरीके ठीक होंगे हो तो जी पेमेंट आई दुबारे भी पे कर सकते हो। हाँ जी वैद साहब देखो अजक जोड़ा सोशल मीडिया का जमाना गा अक्सर ही आप देखते हैं हर एक वैद की वीडियोज़ ने हर एक वैद के आप अपने पेज बनाए हुए हैं उन्होंने अक्सर ही वीडियो पई होंगे ने चैनलों के उपर पर जी इंटरव्यू आज इंटरव्यू की वीडियो किसी भी यूट्यूब चैनल पर हले तक है नहीं गी ये कारण की है अजक जी सोशल मीडिया का इन्ना जमाना है मैं थोड़ी गल मानना भी सब तो ज्यादा फ्रॉडगिरी भी सोशल मीडिया की गल बाकी जिन्हें भी वैदा की वीडियो देखोगे जी डॉक्टर की देखोगे वैदा की देखोगे वह जिन्हें भी हम मेरे वर्ग लवे आके बिठा लेंगे ने दिहाड़ी पर वह मूँह लपेट के जी वो इंटरव्यू लेने जोड़ा बंदा हूँ बीमारी तो ठीक होगा जी वह मूँह लपेटने का कोई फर्ज ही नहीं है जी। हाँ जी ठीक है जी तो आप बाकी हरेक की परसनल लाइफ आप किसी भी दुनिया मूहे किसी की लाइफ आप शेयर नहीं कर सकते गे जी। हाँ जे किसी नहीं विश्वास आता जी साढ़े वालों दवाई ले लैन हाफ पेमेंट बाकी जो ठीक हो गए उदो सू बाकी की पेमेंट गूगल पे करा देने जो चाहे उसे आके दे जान तो बाकी असी किसी की परसनल लाइफ ला लो भी किसी भी असी शेयर नहीं करते गए असी जी जिनी भी दवाई दें गुप्त तरीके पहचाने अगले दिन लगे। हाँ जी हाँ जी वैद साहब तुम दस रहे थे अपने जोड़े मरीजों के लिए फ्री सेवा का सेवा की जाती है जो फ्री इलाज वो किड़े इलाज ने अपने लवे जी पाथरी की दवाई फ्री सेवा दिती जाती है जी जे कोई उरे आके लवे जी जे कोई आपदे लवे मंगवावे जी दूर बैठे ने भाई तो वह सिर्फ कुरियर खर्चा दे देंगे जी उन्हां लवे असी दवाई भेज देंगे जे किसी के जोड़ा च ला लो जो नस ब्लॉक हो रही है वह दर्द हो रहा पूरा तो वह साढ़े लवे आ सकते हैं उन्हां दी फ्री सेवा करांगे मालिश करांगे जी एक बारी की मालिश नाल ठीक हो जाए। हाँ जी वैद साहब कि बीमारी है जिंदी का इलाज खास तरीके कर देंगे आप ज्यादा गरंटी लिख के दें सैक्स प्रॉब्लम की ज्यादा जिमें मर्दा है कोई औरतों है वो स्पैशलिस्ट आप। हाँ जी जिमें आप अजक देखा जाता मर्दा के जोड़े सैक्स दिमारियां ने गियाँ वो काफ़ी पाई जाने उन्होंने बीमारी आड़ी कि बीमारी तो किस तरीके इलाज किया जाता कोई नंबर। हाँ जी दोस्तों किसी वीर भैन नू जां किसी भरा नू दवाई की जरूरत होवे तां वो अपना जिहड़ा स्क्रीन दे उपर एड्रैस दिता होया कंटैक्ट नंबर दिता हो ते कंटैक्ट कर सकते हो ते वैद साहब नाल गल कर सकते हो वैद साहब का कंटैक्ट नंबर 85-720-6193 ये वैद साहब का नंबर आ वैद साहब नाल तुसीं गलबात कर सकते हो। सो प्यार भरी सत श्री अकाल जी धन्यवाद जी सारयां नूं।